ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤੇ ਅਸਲਾਮੁ ਅਲੈਕਮ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ ਅੱਜ ਦੀ ਗੱਲ ਹੈ ਐਬਸੋਲੂਟਲੀ ਨਾਟ ਤੋਂ ਐਬਸੋਲੂਟਲੀ ਯੈਸ ਦਾ ਸਫਰ ਚੇਤਾ ਕਰੋ ਜੇ ਇਸ ਵੇਲੇ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਸਨ ਤੇ ਉਸ ਵੇਲੇ ਇੱਕ ਅਮਰੀਕੀ ਜੋਨਾਥਨ ਨਾਮੀ ਸਹਾਫੀ ਪਾਕਿਸਤਾਨ ਆਇਆ ਉਨੇ ਬੜਾ ਮੰਨਿਆ ਪਰਮੰਨਿਆ ਤੇ ਮਸ਼ਹੂਰ ਉਹਦਾ ਅਮਰੀਕਾ ਚ ਪ੍ਰੋਗਰਾਮ ਸੀ ਉਹਨੇ 트럼ਪ ਦਾ ਵੀ ਇੰਟਰਵਿਊ ਕੀਤਾ ਸੀ ਤੇ ਜਿਹਦਾ ਜਿਹਦਾ ਵੀ ਉਹ ਇੰਟਰਵਿਊ ਕਰਦਾ ਸੀ ਉਹਨੂੰ ਕਿਸੇ ਨਾ ਕਿਸੇ ਵਕਤ ਚ ਹੀ ਪਾਉਂਦਾ ਸੀ ਤੇ ਉਹਦਾ ਇੰਟਰਵਿਊ ਮਸ਼ਹੂਰ ਹੋ ਜਾਂਦਾ ਸੀ ਇਸ ਇੰਟਰਵਿਊ ਚ ਵੀ ਉਹਨੇ ਇੱਕ ਇਹੋ ਜਿਹਾ ਸਵਾਲ ਕਰ ਮਾਰਿਆ ਔਰ ਸਵਾਲ ਉਹਦਾ ਇਹ ਸੀ ਕਿ ਜੇ ਅਮਰੀਕਾ ਪਾਕਿਸਤਾਨ ਦੇ ਕੋਲੋਂ ਅੱਡੇ ਮੰਗੇ ਫੌਜੀ ਅੱਡੇ ਜੰਗੀ ਫੌਜੀ ਅੱਡੇ ਜੰਗੀ ਹਵਾਈ ਫੌਜੀ ਅੱਡੇ ਜਿਨ੍ਹਾਂ ਤੋਂ ਉੱਡ ਕੇ ਅਮਰੀਕਾ ਦੇ ਜਹਾਜ਼ ਅਫਗਾਨਿਸਤਾਨ ਦੇ ਵਿੱਚ ਹਮਲਾ ਕਰਨਗੇ ਤੇ ਘੋੜਾਬਾੜੀ ਕਰਨਗੇ ਤੇ ਕੀ ਪਾਕਿਸਤਾਨ ਇਹ ਅੱਡੇ ਦੇਵੇਗਾ ਮੈਂ ਉਸ ਵੇਲੇ ਉੱਥੇ ਬੈਠਾ ਸਾਂ ਕੈਮਰੇ ਦੇ ਪਿੱਛੇ ਬੈਠਾ ਸਾਂ ਕੈਮਰੇ ਦੇ ਸਾਹਮਣੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਬੈਠੇ ਸਨ ਮੈਂ ਉਹ ਇੰਟਰਵਿਊ ਕੰਡਕਟ ਕਰਵਾ ਰਿਹਾ ਸਾਂ ਮੈਂ ਸੋਚ ਰਿਹਾ ਸਾਂ ਕਿ ਇਮਰਾਨ ਖਾਨ ਸਾਹਿਬ ਵੀ ਜਵਾਬ ਦੇਣਗੇ ਕਿ ਭਈ ਅਜੇ ਉਹਨਾਂ ਨੇ ਅੱਡੇ ਮੰਗੇ ਨਹੀਂ ਜਦੋਂ ਮੰਗਣਗੇ ਤੇ ਉਦੋਂ ਜਵਾਬ ਦੇ ਦੇਵਾਂਗੇ ਪਰ ਇਮਰਾਨ ਖਾਨ ਸਾਹਿਬ ਨੇ ਇਹ ਜਵਾਬ ਦੇਣ ਦੀ ਬਜਾਏ ਇਹ ਜਵਾਬ ਇਹ ਦਿੱਤਾ ਕਿ ਐਬਸੋਲੂਟਲੀ ਨਾਟ ਪੰਜਾਬੀ ਚ ਜਿਹਦਾ ਮਤਲਬ ਇਹ ਹੁੰਦਾ ਵੀ ਠੁਕਵਾ ਨਾ ਠੋਕ ਕੇ ਨਾ ਕਰਨਾ ਠੋਕ ਕੇ ਜਵਾਬ ਦੇਣਾ ਵੀ ਭਾਈ ਇਹ ਕੰਮ ਅਸੀਂ ਨਹੀਂ ਕਰ ਸਕਦੇ ਇਹ ਕੰਮ ਮਲ ਅਸੀਂ ਨਹੀਂ ਕਰਨਾ ਅ ਉਰਦੂ ਜ ਤੁਸੀਂ ਇਹ ਕਹਿ ਸਕਦੇ ਹੋ ਕਿ ਸੋਚਣਾ ਵੀ ਨਾ ਤੇ ਇਹ ਜਵਾਬ ਜਿਹੜਾ ਦਿੱਤਾ ਤੇ ਸਾਹਫੀ ਨੂੰ ਤੇ ਇੰਜ ਲੱਗਾ ਜਿਵੇਂ ਮਿਰਚਾਂ ਲੱਗ ਗਈਆਂ ਇੱਕ ਵਾਰਾ ਜਿਵੇਂ ਬਹੁਤੀ ਮਿਰਚ ਪਾ ਕੇ ਕਿਸੇ ਨੂੰ ਬੁਰਕੀ ਰੋਟੀ ਦੀ ਖਵਾ ਦੇਉ ਤੇ ਉਹ ਤੜਫਦਾ ਫਿਰੇ ਸਾਹਫੀ ਇੱਕ ਵਾਰਾ ਮੈਂ ਵੇਖਿਆ ਤੁਸੀਂ ਪਤਾ ਨਹੀਂ ਟੀਵੀ ਤੇ ਵੇਖਿਆ ਕਿ ਨਹੀਂ ਬਰ ਰ ਮੈਂ ਤੇ ਉਹ ਅਸਲ ਚ ਵੇਖਿਆ ਸੀ ਸਾਹਫੀ ਤੜਫਿਆ ਇੱਕ ਵਾਰੀ ਉਹਨੇ ਆਖਿਆ ਰੀਅਲੀ ਰੀਅਲੀ ਦਾ ਮਤਲਬ ਉਹਨੇ ਸੀ ਕਿ ਵਾਕਿਆ ਹੀ ਇਹ ਮਤਲਬ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਹੋਸ਼ੋ ਆਵਾਸ ਨੇ ਕਹਿ ਰਹੇ ਮਤਲਬ ਪਾਕਿਸਤਾਨ ਦਾ ਵਜ਼ੀਰ ਆਜ਼ਮ ਤੇ ਐਡੀ ਤਗੜੀ ਗੱਲ ਇਹ ਤੇ ਸਾਬ ਵੀ ਨ ਨਹੀਂ ਸੀ ਸੋਚਿਆ ਉਹਨੇ ਤਾਂ ਸੋਚਿਆ ਸੀ ਕਿ ਜੇ ਮੈਂ ਪੁੱਛਾਂਗਾ ਕਿ ਅਮਰੀਕਾ ਤੁਹਾਡ ਕੋ ਅੱਡੇ ਮੰ ਤੇ ਅਮਰੀਕਾ ਦਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਲੰਮੇ ਪੈਜੇ ਉਹ ਆਖੇਗਾ ਜੋ ਅਮਰੀਕਾ ਬਾਦਰ ਕਹੇਗਾ ਫਿਰ ਵੇਖ ਲਾਂਗੇ ਜੋ ਕਹਿਣਗੇ ਅਸੀਂ ਤੇ ਉਹਨਾਂ ਦੀ ਗੱਲ ਹੀ ਮੰਨਣੀ ਹੁੰਦੀ ਏ ਲੇਕਿਨ ਜੇ ਇਸ ਵੇਲੇ ਇਮਰਾਨ ਖਾਨ ਨਿਤ ਤਸਬੀਹ ਦਾ ਇੱਕੋ ਹੀ ਦਾਣਾ ਥੱਲੇ ਸੁੱਟਿਆ ਦੋ ਵੀ ਨਹੀਂ ਸੁੱਟੇ ਜੇ ਇਸ ਵੇਲੇ ਉਹਨੇ ਸਵਾਲ ਸਵਾਲ ਪੁੱਛਿਆ ਤਾਂ ਸਵਾਲ ਇੰਜ ਹੀ ਸੀ ਜਿਵੇਂ ਮਜ਼ਾਇਲ ਮਾਰਿਆ ਕੋਈ ਉਹਨੇ ਸਵਾਲ ਪੁੱਛਿਆ ਤੇ ਅੱਗੋਂ ਮੁਰਸ਼ਿਦ ਜੀ ਬੈਠੇ ਸਨ ਉਹਨਾਂ ਨੇ ਤਸਬੀਹ ਦਾ ਇੱਕੋ ਹੀ ਮਣਕਾ ਥੱਲੇ ਸੁੱਟਿਆ ਤੇ ਨਾਲ ਉਹਨਾਂ ਦੇ ਮੂੰਹ ਚੋਂ ਨਿਕਲਿਆ ਐਬਸੋਲੂਟਲੀ ਨਾਟ ਅੱਛਾ ਮੈਨੂੰ ਵੀ ਲੱਗਾ ਵੀ ਜਵਾਬ ਚੰਗਾ ਤਗੜਾ ਦੇ ਛੜਿਆ ਹੈ ਜ਼ਰਾ ਥੋੜਾ ਜਿਹਾ ਜਵਾਬ ਕੋਈ ਮਿਲਦਾ ਜੁਲਦਾ ਦੇ ਲੈਂਦੇ ਤੇ ਹੋ ਸਕਦਾ ਸਾਡੀ ਤੌਣ ਤੇ ਗੋੜਾ ਨਾ ਹੀ ਰੱਖਦੇ ਖੈਰ ਕੰਮ ਮੁਕਿਆ ਜਨਾਬ ਉਹ ਇੰਟਰਵਿਊ ਮੁਕਿਆ ਜਿਸ ਵੇਲੇ Imran Khan ਸਾਹਿਬ ਦਫ਼ਤਰ ਨੂੰ ਤੁਰੇ ਤੇ ਮੈਂ ਉਹਨਾਂ ਦੇ ਨਾਲ ਤੁਰਿਆ ਤੇ ਮੈਂ ਆਪਣੀ ਫੀਡਬੈਕ ਹਰ ਇੰਟਰਵਿਊ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੀ ਫੀਡਬੈਕ ਦਿੰਦਾ ਸਾਂ ਵੀ ਇਹਦੇ ਵਿੱਚੋਂ ਕਿਹੜੀ ਗੱਲ ਕਿੱਧਰ ਦੇ ਪਾਸੇ ਨੂੰ ਜਾਣੀ ਹੈ ਤੇ মিডিਆ ਨੇ ਕਿੰਜ ਖਿੱਚਣੀ ਹੈ ਤੇ মিডিਆ ਨੇ ਰਾਗ ਦੇ ਗੱਲ 'ਚ ਕਿਹੋ ਜਿਹਾ ਰੱਸਾ ਪਾਉਣਾ ਤੇ ਇਸ ਗੱਲ ਨੂੰ ਕਿਵੇਂ ਘਮਾਉਣਾ ਸਾਡਾ ਪੋਸੀਬਲ ਜਵਾਬ ਉੱਤੇ ਕੀ ਹੋ ਸਕਦਾ ਹੈ ਕਈ ਸਵਾਲ ਉਹਨਾਂ ਦੇ ਜ਼ਿਹਨ 'ਚ ਹੁੰਦੇ ਸਨ ਉਹ ਕਰਦੇ ਸਨ ਕਈ ਮੇਰੇ ਜ਼ਿਹਨ 'ਚ ਹੁੰਦੇ ਸਨ ਆਪਣੀ ਸਲਾਹ ਕਰੀਦੀ ਸੀ ਉਸੇ ਸਲਾਹ ਦੇ ਵਿੱਚ ਮੈਂ ਇਮਰਾਨ ਖਾਨ ਸਾਹਿਬ ਨੂੰ ਆਖਿਆ ਵੀ ਆ ਤੁਸੀਂ ਕੋਈ ਬਹੁਤਾ ਸਕਤਾ ਜਵਾਬ ਨਹੀਂ ਦੇ ਦਿੱਤਾ ਜਰਾ ਥੋੜਾ ਜਿਹਾ ਨਰਮ ਕਰਕੇ ਦੇ ਦੇਣਾ ਸੀ ਜਿਹਨੂੰ ਪੰਜਾਬੀ ਚ ਗੱਦਰ ਜਿਹਾ ਆਖਦੇ ਨੇ ਕਿ ਕੋਈ ਗੱਦਰ ਜਿਹਾ ਜਵਾਬ ਦੇ ਦੇਣਾ ਸੀ ਐਡਾ ਤੁਸੀਂ ਸਕਤਾ ਜਵਾਬ ਦੇ ਛੜਿਆ ਤੇ ਇਹ ਅਮਰੀਕਾ ਬਾਦਰ ਨੂੰ ਉਹ ਵੀ ਤੇ ਜਰਾ ਥੋੜਾ ਜਿਹਾ ਨਰਮ ਕਰ ਲੈਣਾ ਸੀ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੇਰੇ ਵੱਲ ਨੂੰ ਮੁੜ ਕੇ ਪੁੱਛਿਆ ਵੀ ਤੂੰ ਅਮਰੀਕਾ ਚ ਰਿਹਾ ਆ ਉੱਥੇ ਪੜਾਉਂਦਾ ਰਿਹਾ ਆ ਮੁੰਡਿਆ ਇਹ ਮੈਨੂੰ ਦੱਸ ਵੀ ਅਮਰੀਕਾ ਨੂੰ ਪਾਕਿਸਤਾਨ ਦੇ ਉੱਤੇ ਸਭ ਤੋਂ ਵੱਡਾ ਗਿਲਾ ਕਿਹੜਾ ਮੈਂ ਕਹਿੰਦੀ ਸਭ ਤੋਂ ਵੱਡਾ ਉਹਨਾਂ ਨੂੰ ਗਿਲਾ ਇਹ ਹੈ ਕਿ ਪਾਕਿਸਤਾਨ ਵਾਲੇ ਸਾਡਾ ਦੂਰੰਬਰੀ ਕਰਦੇ ਨੇ ਸਾਨੂੰ ਕੁਝ ਦੱਸਦੇ ਨੇ ਤੇ ਕਰਦੇ ਕੁਝ ਨਹੀਂ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਤੇ ਸਾਨੂੰ ਆਂਦੇ ਨੇ ਇਹ ਕਰਾਂਗੇ ਤੇ ਉਸ ਤੋਂ ਬਾਅਦ ਕਰਦੇ ਕੁਝ ਹੋਰ ਨੇ ਤੇ ইমরান ਖਾਨ ਸਾਹਿਬ ਨੇ ਆਖਿਆ ਕਿ ਜਦੋਂ ਇਹੋ ਜੀ ਮਸ਼ਹੂਰੀ ਬਣ ਜੇ ਨਾ ਬੰਦੇ ਦੀ ਤੇ ਉਸ ਬੰਦੇ ਦੀ ਇੱਜ਼ਤ ਨਹੀਂ ਰਹਿੰਦੀ ਦੁਨੀਆ 'ਚ ਇੱਜ਼ਤ ਬਣਾਉਣ ਵਾਸਤੇ ਖਰੀ ਗੱਲ ਕਰਨੀ ਪੈਂਦੀ ਹੈ ਔਰ ਸੱਚ ਬੋਲਣਾ ਪੈਂਦਾ ਹੈ ਮੈਂ ਉਹਨਾਂ ਦਾ ਸੱਚ ਬੋਲਿਆ ਮੈਂ ਨਾ ਆਪਣੇ ਬੰਦੇ ਮਰਵਾ ਸਕਦਾ ਤੇ ਨਾ ਆਪਣੀ ਜ਼ਮੀਨ ਤੋਂ ਜਹਾਜ਼ ਉਡਾ ਕੇ ਤੇ ਆਪਣੇ ਨਾਲ ਜਿਹੜਾ ਸਾਡਾ ਬਰਾਦਰ ਇਸਲਾਮੀ ਮੁਲਕ ਹੈ ਅਫਗਾਨਿਸਤਾਨ ਹੈ ਉੱਥੋਂ ਦੀ ਆਮ ਆਵਾਮ ਨੂੰ ਮਰਵਾ ਸਕਦਾ ਜਿਹੜਾ ਕੰਮ ਮੈਂ ਕਰਨਾ ਨਹੀਂ ਮੈਂ ਕਿਉਂ ਝੂਠ ਮਾਰਾਂ ਮੈਂ ਕਿਉਂ ਉਹਨਾਂ ਨੂੰ ਅੱਖਾਂ ਵੀ ਵੇਖ ਲਾਂਗੇ ਇਹ ਜਿਹੜਾ ਸਾਹਫੀ ਸਵਾਲ ਕਰ ਰਿਹਾ ਐ ਐਵੇਂ ਤੇ ਨਹੀਂ ਕਰ ਰਿਹਾ ਨਾ ਇਹ ਕੋਈ ਹਵਾਚ ਸਵਾਲ ਨਹੀਂ ਕਰ ਰਿਹਾ ਉਹਨਾਂ ਗਿਆ ਇਹ ਇਹਨੂੰ ਕਿਸੇ ਪੱਟੀ ਪੜ੍ਹਾਈ ਐ ਵੀ ਜਾ ਜਾ ਕੇ ਪੁੱਛੇ ਜ਼ਮੀਨ ਜ਼ਰਾ ਥੋੜੀ ਜੀ ਵੱਤਰ ਕਰ ਪਿੰਡਾਂ ਵਾਲੇ ਸਮਝਦੇ ਨੇ ਵੱਤਰ ਕਰਨ ਨੂੰ ਸ਼ਹਿਰਾਂ ਵਾਲਿਆਂ ਨੂੰ ਦੱਸ ਦੇਣਾ ਕਿ ਜ਼ਮੀਨ ਦੇ ਵਿੱਚ ਫਸਲ ਬੀਜਣ ਤੋਂ ਪਹਿਲਾਂ ਉਹਨੂੰ ਪਾਣੀ ਦੇਈਦਾ ਹੈ ਪਾਣੀ ਦੇ ਕੇ ਜਦੋਂ ਥੋੜੀ ਜੀ ਨਰਮ ਹੋ ਜਾਂਦੀ ਹੈ ਤੇ ਫਿਰ ਉਹਦੇ ਵਿੱਚ ਹਲ ਚਲਾਈਦਾ ਹੈ ਉਹਨੂੰ ਥੋੜਾ ਜਿਹਾ ਖੋਦੀ ਦਾ ਹਲ ਦੇ ਨਾਲ ਜਦੋਂ ਹਲ ਚਲਾ ਦਈਏ ਤੇ ਫਿਰ ਕਈ ਵਾਰੀ ਫਸਲ ਹੋਰ ਚੰਗੀ ਲਾਉਣੀ ਹੋਵੇ ਤਾਂ ਦੌਰ ਵੀ ਪਾਈਦੀ ਹੈ ਮਤਲਬ ਕਿ ਦੂਸਰੀ ਵਾਰੀ ਹਲ ਵੀ ਵਗਾਈਦਾ ਇੱਕ ਵਾਰੀ ਇੰਜ ਨੂੰ ਵਾਹ ਲਈਦਾ ਤੇ ਇੱਕ ਵਾਰੀ ਇੰਜ ਨੂੰ ਵਾਹ ਲਈਦਾ ਫਿਰ ਸੁਹਾਗਾ ਦੇਈਦਾ ਤੇ ਕਈ ਵਾਰੀ ਫਿਰ ਪਾਣੀ ਦੇ ਕੇ ਤੇ ਫਿਰ ਹਲ ਵਾਈਦਾ ਡਿਪੈਂਡ ਕਰਦਾ ਕਿਹੜੀ ਸਬਜ਼ੀ ਤੇ ਕਿਹੜਾ ਇਲਾਕਾ ਹੈ ਕਿਹੜੀ 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 ਫਸਲ ਤੇ ਕਿਹੜਾ ਇਲਾਕਾ ਹੈ ਕਿੱਥੇ ਬੀਜਣੀ ਹੈ ਤੇ ਬੱਤਰ ਜਿਹੜਾ ਨਾ ਉਹ ਕਰੀਦਾ ਪਾਣੀ ਲਾ ਕੇ ਫੌਰਨ ਹੜਲੀ ਚਲਾਈਦਾ ਪਹਿਲਾਂ ਬੱਤਰ ਦਾ ਇੰਤਜ਼ਾਰ ਕਰੀਦਾ ਤੇ ਉਹ ਜਿਹੜਾ ਸਵਾਲ ਸੁੱਟਿਆ ਸੀ ਨਾ ਸਾਫੀ ਨੇ ਉਹ ਵੀ ਉਹਨੇ ਚੈੱਕ ਕੀਤਾ ਸੀ ਕਿ ਬੱਤਰ ਆਇਆ ਜੇ ਪਹਿਲੀ ਕਿ ਨਹੀਂ ਉਹਨੇ ਚੈੱਕ ਕੀਤਾ ਕਿ ਤਿਆਰ ਨੇ ਅੱਡੇ ਦੇਣ ਨੂੰ ਕਿ ਨਹੀਂ ਇਮਰਾਨ ਖਾਨ ਨੇ ਸਿੱਧਾ ਜਵਾਬ ਦੇ ਛੜਿਆ ਅੱਛਾ ਜੀ ਬੜੀ ਉਹਦੇ ਉੱਤੇ ਲੇਦੇ ਹੋਈ ਔਰ ਉਹਦੀ ਫਿਰ ਸਜ਼ਾਵਾਂ ਵੀ ਭੁਗਤੀਆਂ ਅਸੀਂ ਸਾਰਿਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਚਲੋ ਸੱਚ ਬੋਲ ਕੇ ਭੁਗਤੀਆਂ ਝੂਠ ਬੋਲ ਕੇ ਨਹੀਂ ਭੁਗਤੀਆਂ ਹੁਣ ਇਹ ਹੀ ਜਰਨਲ ਬਾਜਵਾ ਸਾਹਿਬ ਨੇ ਇਹ ਸ਼ੋਸ਼ਾ ਸਾਫੀਆਂ ਕੋਲੋਂ ਛਡਵਾਇਆ ਔਰ ਨਨਲੀ ਗਾਲਿਆ ਕਿਉਂਕਿ ਇਮਰਾਨ ਖਾਨ ਨੇ ਕਸ਼ਮੀਰ ਤੇ ਸੌਦਾ ਕਰ ਲਿਆ ਇਮਰਾਨ ਖਾਨ ਨੇ ਤੇ ਕਸ਼ਮੀਰ ਦੀ ਹਰ ਥਾਂ ਤੇ ਗੱਲ ਕੀਤੀ ਹੈ ਕੌਮਿੰਟਾ ਜਾ ਕੇ ਗੱਲ ਕੀਤੀ ਹਰ ਥਾਂ ਤੇ ਜਿੱਥੇ ਉਹਨੂੰ ਮੌਕਾ ਮਿਲਦਾ ਸੀ ਇਹ ਐਬਸੋਲੂਟਲੀ ਨਾਟਲੇ ਇੰਟਰਵਿਊ ਚ ਵੀ ਕਸ਼ਮੀਰ ਦੀ ਗੱਲ ਕੀਤੀ ਠੁਕਵੀਂ ਗੱਲ ਕੀਤੀ ਇਮਰਾਨ ਖਾਨ ਨੇ ਕਿਹਾ ਕਿ ਜੇ ਤੁਸੀਂ ਦੂਸਰੀਆਂ ਜਗ੍ਹਾ ਦੀ ਗੱਲ ਕਰਨੀ ਹੈ ਤੇ ਨਾਲ ਕਸ਼ਮੀਰ ਦੀ ਵੀ ਕਰਨੀ ਪੈਣੀ ਹੈ ਇਮਰਾਨ ਖਾਨ ਨੇ ਤੇ ਕਸ਼ਮੀਰ ਨੂੰ ਜਿਉਂਦਾ ਰੱਖਿਆ ਲੇਕਿਨ ਦੂਜੇ ਪਾਸੇ ਉਹੀ ਜਰਨਲ ਬਾਜਵਾ ਸਾਹਿਬ ਦੇ ਬਾਰੇ ਅੱਜ ਸਾਫੀ ਦੱਸਦੇ ਨੇ ਹਾਮਦ ਮੀਰ ਸਾਹਿਬ ਨਸੀਮ ਜ਼ਾਰਾ ਸਾਹਿਬ ਔਰ ਦੂਜੇ ਸਾਫੀ ਕੇ ਸਾਫੀਆਂ ਦੀ ਦਰਜਣ ਤੋਂ ਬਹੁਤੇ ਸਾਫੀ ਬੈਠੇ ਸਨ ਜਿਨ੍ਹਾਂ ਦੇ ਸਾਹਮਣੇ ਉਹਨਾਂ ਆਕਿਆ ਵੀ ਕਸ਼ਮੀਰ ਦਾ ਨਾਮ ਲੈਣਾ ਭੁੱਲ ਜਾਓ ਅਸੀਂ ਇੰਡੀਆ ਨਾਲ ਜੰਗ ਨਹੀਂ ਕਰ ਸਕਦੇ ਸਾਡੇ ਟੈਂਕਾਂ 'ਚ ਤੇਲ ਨਹੀਂ ਹੈਗਾ ਇਹ ਮੈਂ ਨਹੀਂ ਆਕੰਡੇ ਹਾਮਦ ਮੀਰ ਸਾਹਿਬ ਆਕੰਡੇ ਨੇ ਕਸ਼ਮੀਰ ਤੋਂ ਵੀ ਫਰਾਗਤ ਦੂਜੇ ਪਾਸੇ ਆਜੋ ইমরান ਖਾਨ ਨੂੰ ਸਾਰੀ ਉਮਰ ਯਹੂਦੀ ਏਜੰਟ ਕਹਿੰਦੇ ਰਹੇ ਔਰ ইমরান ਖਾਨ ਨੂੰ ਯਹੂਦੀ ਏਜੰਟ ਕਹਿਣ ਵਾਲੇ ਆਪ ਜੇ ਇਸ ਵੇਲੇ ਮੁਸ਼ਰਫ ਨਾਲ ਡੀਲ ਕਰਕੇ ਜੱਦੇ ਭਜੇ ਤੇ ਜੱਦੇ ਜਾ ਕੇ ਬਾਜ਼ਨਾਏ ਉਥੇ ਕਿਸੇ ਇਸرائیਲ ਦੀ ਕੰਪਨੀ ਨਾਲ ਡੀਲ ਕੀਤੀ ਉਤੋਂ ਮਸ਼ੀਨਰੀ ਇੰਪੋਰਟ ਕੀਤੀ ਉਸ ਵੇਲੇ ਸਾウਦੀ ਅਰਬ ਵਾਲੇ ਮੰਨਦੇ ਨਹੀਂ ਸਨ ਇਸرائیਲ ਨੂੰ ਹੋਂਦ ਤੇ ਮਰਖਾਲ ਮੰਨਣ ਨੂੰ ਫਿਰਦੇ ਨੇ ਉਹ ਵੀ ਉਹਨਾਂ ਨੇ ਉਸ ਵੇਲੇ ਉਹ ਮਸ਼ੀਨਰੀ ਸੀਜ਼ ਕਰ ਲਈ ਉਹਦੀ ਅਖਬਾਰ ਦੇ ਉੱਤੇ ਖਬਰ ਆਈ ਹੈ ਹੁਣ ਪਤਾ ਨਹੀਂ ਇਹ ਖਬਰ ਕਿੰਨੇ ਫੀਸਦ ਸੱਚੀ ਤੇ ਕਿੰਨੇ ਫੀਸਦ ਝੂਠੀ ਹੈ ਨਾ ਅਜੇ ਤੱਕ ਇਹਦੀ ਤਰਦੀਦ ਨਹੀਂ ਕੀਤੀ अच्छा जी अगली गल ਤੁਹਾਨੂੰ ਇਹ ਦੱਸਨੇ ਕਿ ਫਿਰ ਮਰੀਮ ਸਾਹਿਬਾ ਨੇ ਇੱਕ ਵਾਰੀ ਇੱਕ ਟਵੀਟ ਦੇ ਮਾਰੇ ਆ ਔਰ ਆਖਿਆ ਉਹ ਟਵੀਟ ਦੇ ਵਿੱਚ ਇੱਕ নূর ਸ਼ਾਇਦ ਨੂਰਦਾਰੀ ਕਿ ਕੀ ਨਾਸੀ ਉਸ ਦਾ ਉਹਨੇ ਇੱਕ ਟਵੀਟ ਕੀਤਾ ਔਰ ਉਹਨੇ ਆਖਿਆ ਕਿ ਜੀ ਪਾਕਿਸਤਾਨ ਤੋਂ ਇੱਕ ਬਹੁਤ ਜਿਹੜਾ ਸੀ ਨਾ ਉਹ ਇਸرائیਲ ਗਿਆ ਸੀ ਪਾਕਿਸਤਾਨ ਦੇ وزیراعظم ਨੇ ਕਹ ਲਿਆ ਸੀ ਕਿ ਉੱਥੇ ਮਾਮਲੇ ਸੈੱਟ ਕੀਤੇ ਜਾਣ ਮਰੀਮ ਸਾਹਿਬਾ ਨੇ ਆਉ ਦੇਖਿਆ ਨਾ ਤਾ ਉਹ ਟਵੀਟ ਠੋਕ ਦਿੱਤਾ ਕਿ ਵੇਖੋ ਜੀ ਨਵਾਜ਼ ਸ਼ਰੀਫ ਨੇ ਆਪਣਾ ਇਮਰਾਨ ਖਾਨ نکال ਦਿੱਤਾ ਵਫਤ ਉਹ ਫਿਰ ਨੂਰਦਾਰੀ ਨੇ ਦੱਸਿਆ ਵੀ ਨਹੀਂ ਪੁੱਤਰ ਇਹ ਇਮਰਾਨ ਖਾਨ ਨਹੀਂ ਇਹ ਤੁਹਾਡੇ ਵਾਲਦ ਸਾਹਿਬ ਤੁਹਾਡੇ ਅੱਬਾ ਜੀ ਨਵਾਜ਼ ਸ਼ਰੀਫ ਜਦੋਂ وزیراعظم ਸਨ ਉਦੋਂ ਆਇਆ ਸੀ ਔਰ ਨਾਲ ਹੀ ਉਹ ਨਾ ਇਹ ਆਖ ਛੱਡਿਆ बेटा गल इस तरह है कि वो अजमल कादरी साहब सन जय सर वोबिनेट सन फिर अजमल कादरी नवाज शरीफ साहब को क्या बताया आपकी, आपको भेजा गया था जांचने के लिए कि आया तलुकात कायम किए जा सकते हैं करने चाहिए या नहीं करने चाहिए तो फिर आपने वापिस आके अपनी ऑब्जर्वेशन क्या दी नवाज शरीफ साहब को आ, आ, मेरी मेरी ये राय थी जो मैंने प्राइम मिनिस्टर साहब की खिदमत में दो दफा एक दफा वजी अजम हाउस में और एक दफा आ, उनके दफ्तर में उनके सेक्रेटेरिएट में हमने ये बात उन पर वाजे की कि पाकिस्तान की पार्लियामेंट के फोरम से या नेशनल डायलॉग इस मौजू पे हो उसके बाद हम आ, किसी सतह पर पहुंचे ਕਿਉਂਕਿ ਅਗਰ ਨਵਾਜ਼ ਸ਼ਰੀਫ ਸਾਹਿਬ ਜੀ ਬਿਲਕੁਲ ਮੈਂ ਗਿਆ ਸੀ ਤਾਂ ਮੈਨੂੰ ਨਵਾਜ਼ ਸ਼ਰੀਫ ਸਾਹਿਬ ਨੇ ਕਹਿਆ ਲਿਆ ਸੀ ਅਸੀਂ ਇਜ਼ਰਾਈਲ ਦਾ ਦੌਰਾ ਕੀਤਾ ਸੀ ਵੀ ਇਜ਼ਰਾਈਲ ਦੇ ਨਾਲ ਕਿਸ ਤਰੀਕੇ ਨਾਲ ਮਾਮਲਾ ਜਿਹੜੇ ਸੈੱਟ ਕਰੀਏ ਤੁਹਾਨੂੰ ਦੱਸਣ ਦਾ ਮਤਲਬ ਪਿੰਡਾਂ ਵਾਲਿਆਂ ਨੂੰ ਇਹ ਸੀ ਸਾਰੀ ਗੱਲ ਇਹ ਮੁਸ਼ਕਿਲ ਗੱਲ ਸੀ ਇਹਨੂੰ ਬਰੀਕ ਗੱਲ ਨੂੰ ਤੋੜ ਭੰਨ ਕੇ ਪੰਜਾਬੀ ਚ ਤੁਹਾਨੂੰ ਦੱਸਣ ਵਾਲੀ ਗੱਲ ਸੀ ਕਿ ਇਮਰਾਨ ਖਾਨ ਨੇ ਤਾਂ ਐਬਸੋਲੂਟਲੀ ਨਾਟਕ ਆਕਿਆ ਸੀ ਉਸ ਇਮਰਾਨ ਖਾਨ ਨੇ ਜਿਹਨੂੰ ਇਹ ਯਹੂਦੀ ਏਜੰਟ ਆਖਦੇ ਸਨ ਤੇ ਬਾਅਦ ਚ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਯਹੂਦੀ ਏਜੰਟ ਅਸਲ ਕਿਹੜੇ ਨੇ ਅਜਮਲ ਕਾਦਰੀ ਨੂੰ ਵੀ ਕੱਲਿਆ ਤੇ ਆਪ ਉਥੋਂ ਮਿਲਦਾ ਸਮਾਨ ਵੀ ਮੰਗਾਇਆ ਪਾਬੰਦੀ ਵੀ ਲਵਾਈ ਉਹਦੇ ਉੱਤੇ 사ਉਦੀਆ ਅਰਬ ਚ ਤੇ ਦੂਸਰੇ ਪਾਸੇ ਕਸ਼ਮੀਰ ਵੇਚਣ ਵਾਲਾ ਇਮਰਾਨ ਖਾਨ ਨੂੰ ਆਖਿਆ ਤਾਂ ਉਹ ਵੀ ਸਾਰਿਆਂ ਦੇ ਸਾਹਮਣੇ ਆ ਗਿਆ ਵੀ ਨਵਾਜ਼ ਸ਼ਿਰਫ ਜਦੋਂ ਉੱਤੇ ਗਿਆ ਤਾਂ ਕਸ਼ਮੀਰ ਵਾਲਿਆਂ ਨੂੰ ਮਿਲਿਆ ਵੀ ਨਹੀਂ ਸੀ ਜਿਸ ਵੇਲੇ ਮੋਦੀ ਦੀ ਤਕਰੀਬ ਚ ਗਿਆ ਸੀ ਸਾਰੀਆਂ ਸ਼ਾਮਾਂ ਤੇ ਲੋਕਾਂ ਵਿੱਚ ਵ ਤਾਂ ਟੌਪਿਕ ਅੱਜ ਮੈਂ ਤੁਹਾਡੇ ਨਾਲ ਸ਼ੁਰੂ ਕੀਤਾ ਕਿਉਂ ਹੈ ਟੌਪਿਕ ਇਸ ਤੋਂ ਸ਼ੁਰੂ ਕੀਤਾ ਹੈ ਕਿ ਅਮਰੀਕੀ ਸਦਰ ਬਾਈਡਨ ਨੇ ਬਿਆਨ ਦਿੱਤਾ ਵੀ 6 ਮੁਲਕ ਜਿਹੜੇ ਇਸਲਾਮੀ ਨੇ ਨਾ ਉਹ ਇਜ਼ਰਾਈਲ ਨੂੰ ਮੰਨਣ ਨੂੰ ਤਿਆਰ ਹੋ ਗਏ ਨੇ ਔਰ ਉਹਨਾਂ ਦੇ ਵਿੱਚ ਉਹਨਾਂ ਨੇ ਤਿੰਨ ਚਾਰ ਮੁਲਕਾਂ ਦੇ ਤੇ ਨਾਮ ਲਏ ਨੇ ਤੇ ਇੱਕ ਦੋ ਦੇ ਨਹੀਂ ਲਏ ਜਾਪਦਾ ਸਾਨੂੰ ਜੇਪੀ ਉਹਦੇ ਵਿੱਚ ਪਾਕਿਸਤਾਨ ਵੀ ਹੈ ਤੇ ਇਹ ਸੌਦਾ ਕੀਤੀ ਬੈਠੇ ਨੇ ਤੇ ਇਹਨਾਂ ਨੇ ਹੁਣ ਗੱਲ ਤੈਅ ਕਰ ਲਈ ਹੈ ਤੇ ਜੇ ਇਹਨਾਂ ਨੇ ਇੰਜ ਕਰਨਾ ਵੀ ਹੈ ਪਹਿਲੀ ਗੱਲ ਤੇ ਜਦੋਂ Imran Khan ਨੂੰ ਪੁੱਛਿਆ ਸੀ ਤੇ ਉਹਨਾਂ ਨੇ ਇਹ ਆਖਿਆ ਸੀ ਕਿ ਜਦੋਂ ਤੱਕ ਫਲਸਤੀਨ ਦੇ ਮੁਸਲਮਾਨਾਂ ਨਾਲ ਇਨਸਾਫ ਨਹੀਂ ਹੁੰਦਾ ਅਸੀਂ ਇਹ رائے ਨਹੀਂ ਤੁਰ ਸਕਦੇ ਜੇ ਇਹਨਾਂ ਨੇ ਕੋਈ ਇਹੋ ਜੀ ਭੈੜੀ ਗੱਲ ਕਰਨ ਦਾ ਸੋਚਿਆ ਵੀ ਤੇ ਆਵਾਮ ਨੂੰ ਇਤਮਾਜ ਤੇ ਲੈਣਾ ਚਾਹੀਦਾ ਹੈ ਆਵਾਮ ਨੂੰ ਦੱਸਣਾ ਚਾਹੀਦਾ ਪੁੱਛਣਾ ਚਾਹੀਦਾ ਆਵਾਮ ਦੀ رائے ਲੈ ਕੇ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਸ਼ਮੀਰ ਤੇ ਸੌਦਾ ਤੇ ਅਸੀਂ ਕਰ ਹੀ ਚੁੱਕੇ ਸਾਂ ਤੇ ਹੁਣ ਇਸ ਪਾਸੇ ਵੀ ਅਸੀਂ ਤੁਰ ਪਏ ਆ ਤੇ ਐਬਸੋਲੂਟਲੀ ਨਾਟ ਤੋਂ ਐਬਸੋਲੂਟਲੀ ਯੈਸ ਦਾ ਸਫਰ ਹੋਇਆ ਪਿਆ ਤੇ ਹੁਣ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਐਬਸੋਲੂਟਲੀ ਨਾਟ ਕਹਿਣ ਦੇ ਚੰਦ ਮਹੀਨਿਆਂ ਦੇ ਵਿੱਚ ਹੀ ਸਾਈਫਰ ਕਿਉਂ ਤੁਰ ਪਿਆ ਸੀ ਅਮਰੀਕਾ ਤੋਂ ਸਾਈਫਰ ਤੁਰਨ ਤੋਂ ਬਾਅਦ ਕਿਵੇਂ ਅਦਮੇ ਇਤਮਾਦ ਆ ਗਿਆ ਸੀ ਅਦਮੇ ਇਤਮਾਦ ਆਣ ਤੋਂ ਬਾਅਦ ਕਿਵੇਂ Imran Khan ਦੀ ਹਕੂਮਤ ਸੁੱਟ ਦਿੱਤੀ ਗਈ ਸੀ Imran Khan ਦੀ ਹਕੂਮਤ ਸੁੱਟਣ ਤੋਂ ਬਾਅਦ Imran Khan ਦੇ ਨਾਂ ਦੇ ਉੱਤੇ ਲਾਲ ਲਕੀਰ ਫੇਰ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਜਿਹੜੇ ਜਿਹੜੇ ਜ਼ੁਲਮ ਹੁਣ ਤੱਕ ਹੋ ਗਏ ਨੇ ਉਹ ਮੇਰਾ ਖਿਆਲ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਕੋਈ ਨਹੀਂ ਇੱਥੋਂ ਜਾਪਦਾ ਇਹ ਹੀ ਹੈ ਵੀ ਜਿਹੜਾ Imran Khan ਨੇ ਐਬਸੋਲੂਟਲੀ ਨਾਟਾ ਖਿਆ ਸੀ ਉਹਦੀ وجہ ਤੋਂ Imran Khan ਦੇ ਨਾਂ ਤੇ ਸਿਰਫ ਅੰਦਰੋਂ ਚੌਧਰੀ ਨਿਜ਼ਾਮਦੀਨ ਨੇ ਲਾਲ ਲਕੀਰ ਨਹੀਂ ਸੀ ਪੇ ਫੇਰੀ ਇਹ ਬਲਕਿ ਚੌਧਰੀ ਜਿਹੜਾ ਵੱਡਾ ਚੌਧਰੀ ਨਿਜ਼ਾਮਦੀਨ ਹੈ ਜਾਂ ਚੌਧਰੀ ਜਿਹੜਾ ਇਕਰਾਮਦੀਨ ਹੈ ਉਹ ਆਖ ਲਓ ਉਹਨੇ ਜਿਹੜਾ ਇੰਟਰਨੈਸ਼ਨਲ ਇਕਰਾਮਦੀਨ ਹੈ ਉਹਨੇ ਇਹ ਜਿਹੜੀ ਹੈ ਪੂਰੀ ਦੀ ਪੂਰੀ ਲਕੀਰ ਫੇਰੀ ਸੀ ਔਰ ਉਹਦੇ ਹੀ ਸਾਰੇ ਦੇ ਸਾਰੇ ਮਾਮਲੇ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਉਹਦੇ ਕਹਿਣ ਦੇ ਉੱਤੇ ਹੀ ਇਮਰਾਨ ਖਾਨ ਦੇ ਉੱਤੇ ਔਰ ਉਹਦੀ ਹਕੂਮਤ ਦੇ ਉੱਤੇ ਔਰ ਪਾਕਿਸਤਾਨੀਆਂ ਦੇ ਉੱਤੇ ਇਹ ਸਾਰੀਆਂ ਸਖਤੀਆਂ ਆਈਆਂ ਨੇ ਬਹਰਲ ਤੁਹਾਨੂੰ ਸਮਝਾਣ ਦੀ ਗੱਲ ਇਹ ਸੀ ਕੇ ਲੀਡਰ ਸਾਨੂੰ ਤਗੜੇ ਚੰਗੇ ਲੱਗਦੇ ਨੇ ਹਰ ਕੌਮ ਨੂੰ ਲੀਡਰ ਤਗੜੇ ਚੰਗੇ ਲੱਗਦੇ ਨੇ ਹਰ ਕੌਮ ਗੈਰਤਮੰਦ ਤੇ ਤਗੜੇ ਲੀਡਰ ਚਾਹੁੰਦੀ ਏ ਤੁਹਾਨੂੰ ਸਾਰਿਆਂ ਨੂੰ ਵੀ ਸਵਾਦ ਆਇਆ ਜਿਸ ਵੇਲੇ Imran Khan ਨੇ ਨਾ ਕੋਈ drone ਹਮਲਾ ਹੋਣ ਦਿੱਤਾ ਆਪਣੇ ਵਕਤ ਦੇ ਵਿੱਚ ਤੇ ਨਾ ਉਹਨੇ ਅੱਡੇ ਦੇਣ ਦੇ ਉੱਤੇ ਹਾਂ ਕੀਤੀ ਤਗੜੇ ਫੈਸਲੇ ਕੀਤੇ ਤੇ ਤੁਹਾਡੀ ਛਾਤੀ ਵੀ 6 ਇੰਚ ਚ ਚੌੜੀ ਹੋ ਜਾਂਦੀ ਸੀ ਵੀ ਚਲੋ ਯਾਰ ਇੱਕ ਵਜ਼ੀਰ ਆਜ਼ਮ ਆਇਆ ਜਿਹੜਾ ਪਾਕਿਸਤਾਨ ਦੇ ਮਫਾਦ ਤੇ ਗੱਲ ਕਰਦਾ ਇਨਸਾਫ ਤੇ ਗੱਲ ਕਰਦਾ ਆਪਣੀ ਸੀਟ ਤਤੀ ਰੱਖਣ ਵਾਸਤੇ ਗਰੀਬਾਂ ਦਾ ਲਹੂ ਨਹੀਂ ਪੀਣ ਡਿਆ ਗਰੀਬਾਂ ਦੇ ਲਹੂ ਦਾ ਸੌਦਾ ਨਹੀਂ ਕਰਨ ਡਿਆ ਆਮ ਆਵਾਮ ਦੀ ਜ਼ਿੰਦਗੀ ਦਾ ਸੌਦਾ ਨਹੀਂ ਕਰਦਾ ਤੁਹਾਨੂੰ ਸਰੂਰ ਆਇਆ ਪਰ ਤੁਹਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਦੋਂ ਲੀਡਰ ਤੱਤੇ ਤੇ ਤਗੜੇ ਫੈਸਲੇ ਕਰੇ ਤੇ ਫਿਰ ਉਹਦੀ ਕੀਮਤ ਦੇਣੀ ਪੈਂਦੀ ਹੈ ਇਕੱਲੇ ਲੀਡਰ ਨੂੰ ਨਹੀਂ ਪੂਰੀ ਕੌਮ ਨੂੰ ਦੇਣੀ ਪੈਂਦੀ ਹੈ ਲੀਡਰ ਤੇ ਕੀਮਤ ਦੇ ਰਿਆ ਲੀਡਰ ਦੀ ਜ਼ਿੰਦਗੀ ਤੇ ਤੇ ਤਿੰਨ ਉਹਦੀ ਜਾਨ ਲੈਣ ਤੇ ਹਮਲੇ ਵੀ ਹੋ ਗਏ ਲੀਡਰ ਅੱਜ ਜੇਲੇ ਵੀ ਬੈਠਾ ਹੈ ਫੈਸਲਾ ਹੁਣ ਅਸੀਂ ਕਰਨਾ ਆਪਣੇ ਆਪ ਨੂੰ ਪੁੱਛਣਾ ਹੈ ਕਿ ਲੀਡਰ ਤੇ ਸਾਨੂੰ ਰੱਬ ਨੇ ਤਗੜਾ ਦੇ ਦਿੱਤਾ ਜਿਨੇ ਤਗੜੀ ਗੱਲ ਵੀ ਕਰ ਦਿੱਤੀ ਤੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਨੂੰ ਅੱਖਾਂ ਚੱਖਾਂ ਪਾ ਕੇ ਆਖ ਦਿੱਤਾ ਐਬਸੋਲੂਟਲੀ ਨਾਟ ਕਿ ਮੈਂ ਲੋਕਾਂ ਨੂੰ ਮਰਵਾਉਣ ਦੇ ਕੰਮ ਦੇ ਵਿੱਚ ਤੁਹਾਡੇ ਨਾਲ ਸ਼ਾਮਿਲ ਨਹੀਂ ਉਹਨੇ ਤੇ ਤੁਹਾਡੇ ਆਸਤੇ ਤਗੜਾ ਫੈਸਲਾ ਕਰ ਦਿੱਤਾ ਜਿਹਨੂੰ ਪੰਜਾਬੀ ਚਾਹੁੰਦੇ ਨੇ ਠੱਲ ਪਾ ਦਿੱਤੀ ਕਿ ਅਸੀਂ ਉਹਦੇ ਨਾਲ ਖਲੋਤੇ ਆ ਜੇ ਅਸੀਂ ਨਾ ਖਲੋਤੇ ਤੇ ਕਿਆਮਤ ਵਾਲੇ ਦਿਨ ਅਸੀਂ ਜਵਾਬਦੇ ਹੋਵਾਂਗੇ ਅਗਰ ਮੈਂ ਮੌਲਵੀਆਂ ਤਰ੍ਹਾਂ ਕੋ ਫਤਵਾ ਨਹੀਂ ਦੇਣ ਡਿਆ ਉਹ ਮੌਲਵੀ ਦੇ ਸਕਦੇ ਨੇ ਉਹ ਮੇਰੇ ਲਈ ਬੜੇ ਇhtਰਾਮ ਦੀ ਜਗ੍ਹਾ ਤੇ ਨੇ तमाम ulama کرام ਉਹ ਹੀ ਫਤਵਾ ਦੇ ਸਕਦੇ ਨੇ ਮੈਂ ਨਹੀਂ ਦੇ ਸਕਦਾ ਮੈਂ ਤੇ ਇੱਕ ਬڑا ਗੁਨਾਹਗਾਰ ਜਿਹਾ ਬੰਦਾ ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸਦਾ ਕਿ ਅਗਰ ਤੇ ਇਮਰਾਨ ਖਾਨ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸੀਆਂ ਨੇ ਇੰਜ ਹੀ ਨੇ ਰੱਬ ਦੇ ਹਜ਼ੂਰ ਤੇ ਫਿਰ ਕਿਆਮਤ ਵਾਲੇ ਦਿਨ ਸਾਨੂੰ ਸਾਰਿਆਂ ਨੂੰ ਜਵਾਬ ਦੇਣਾ ਪਏਗਾ ਜੇ ਅਸੀਂ ਉਹਦੇ ਨਾਲ ਨਾ ਖਲੋਤੇ ਵੀ ਉਹਨੇ ਤੇ ਆਪਣਾ ਕੰਮ ਠੁਕਵਾ ਕਰ ਦਿੱਤਾ ਸੀ ਕਿ ਅਸੀਂ ਉਹਦੇ ਨਾਲ ਖਲੋਤੇ ਹਾਂ ਜੇ ਅੱਜ ਅਸੀਂ ਉਹਦੇ ਨਾਲ ਨਾ ਖਲੋਤੇ ਤੇ ਫਿਰ ਸਾਡੀ ਕਿਸਮਤ ਦੇ ਵਿੱਚ ਲੀਡਰ ਨਹੀਂ ਗਿੱਦੜੀ ਨੇ ਅੱਗੋਂ ਤੇ ਗਿੱਦੜਾ ਨੇ ਤੇ ਐਬਸੋਲੂਟਲੀ ਯੈਸੀ ਆਖਣਾ ਕੰਪਲੀਟਲੀ ਚੇਂਜ ਹੋ ਗਏ ਹਰ ਮੁਲਕ ਆਪਣੇ ਲਿਹਾਜ਼ ਸੇ आ, अपने दोस्त सेलेक्ट कर रहा है और उसके लिहाज से फैसले कर रहा है यू इंडिया के साथ भी उतने ही दोस्त है जितना शायद हमारे साथ है ये चले हमारे साथ ज़्यादा होगा लेकिन इंडिया के साथ बड़ा क्लोज है इसराइल के साथ उन्होंने एक्सेप्ट कर लिया और ये पता है सारी दुनिया को अब अरब वर्ल्ड जो है एक के बाद एक जो है वो इसराइल के साथ मजीद क्लोज हो जाएगा हम पाकिस्तान इस पूरी सिचुएशन को कैसे देख रहे हैं देखिए जी जो भी जो भी कोई मुल्क करे हमारा तो मौकफ बड़ा क्लियर है और हमारा मौक़ कायद अजम मोहम्मद अली जना ने नाइनटीन फोटी सेवन में क्लियर कर दिया था नाइनटीन फोर्टी एट में कि हम इसराइल को कभी तस्लीम नहीं कर सकते जब तक फ़लस्तियों को उनका हक नहीं मिलता उनका उनको एक जस्ट सेटलमेंट नहीं होती जो टू नेशन थियोरी थे थी पैलस्टीन की कि उनको उनको पूरा एक एक उनकी स्टेट मिले जो कि पेलस्टीनियन फैसला करें ठीक है जब तक वो नहीं होता अगर हम वो तस्लीम कर लेते हैं तो हमें फिर कश्मीर का भी हमें एग्जैक्टली सिचुएशन कश्मीर का है तो हमें वो भी गिवअप करना जाना चाहिए तो इसलिए पाकिस्तान ही तस्लीम कर सकता इसराइल को इसराइल को तो तस्लीम नहीं कर सकता लेकिन अब जो हम अपने फॉरन पॉलिसी हमारे इनिशियटिवज हैं वो कितने हम अब पाकिस्तान के लिए पाकिस्तान के इंटरेस्ट के अंदर कितना करने